ਸਸਿਕਾਲ ਦੋਸਤੋ ਮੈਂ ਉਹ ਸੰਤਾਲੀਵਾਲ ਸਾਈਪ੍ਰਾਸਟੋ ਤੇ ਕੇਅਰ ਟੇਕਰ ਦੀ ਜੌਬ ਦਾ ਅੱਜ ਹੈਗਾ ਆਪਣਾ ਛੇਵਾਂ ਦਿਨ ਸਵੇਰੇ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਫ੍ਰਿਜ ਖੋਲ੍ਹਿਆ ਤੇ ਉੱਥੋਂ ਚੱਕੀ ਠੰਡੇ ਪਾਣੀ ਦੀ ਬੋਤਲ ਤੇ ਬਈ ਸਵੇਰੇ ਸਵੇਰੇ ਪਾਣੀ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਚਾਹੇ ਤੁਸੀਂ ਕਿਹੜਾ ਮਰਜ਼ੀ ਪੀ ਸਕਦੇ ਹੋ ਠੰਡਾ ਕੋਸਾ ਜਿਵੇਂ ਤੁਹਾਨੂੰ ਸਹੀ ਲੱਗਦਾ ਮੈਂ ਠੰਡਾ ਪੀ ਕੇ ਰਾਜੀ ਆ ਤੇ ਹੁਣ ਠੰਡਾ ਪਾਣੀ ਪੀ ਕੇ ਆਪਾਂ ਤੁਰਪੇ ਆਪਣੇ ਕੰਮ ਵੱਲ ਨੂੰ ਆ ਆ ਪਿਆ ਵੀ ਕੌਫੀ ਵਾਲਾ ਕੱਪ ਕੀਤਾ ਖਾਲੀ ਤੇ ਹੁਣ ਅੱਜ ਆਪਾਂ ਬਈ ਆ ਸਾਰੇ ਛੋਟੇ ਛੋਟੇ ਬੂਟੇ ਲਾਉਣੇ ਆ ਗਮਲਿਆਂ ਦੇ ਵਿੱਚ ਤੇ ਬੂਟੇ ਲੈ ਕੇ ਮੈਂ ਤੁਰ ਪਿਆ ਪੌੜੀਆਂ ਤੋਂ ਥੱਲੇ ਗਾਟਣ ਵੱਲ ਨੂੰ ਤੇ ਸੋਨੂੰ ਮੈਂ ਦਿਖਾਉਣਾ ਨਿੱਕਾ ਜਿਹਾ ਆਪਣਾ ਗਾਰਡਨ ਹੈਗਾ ਤੇ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਦੀ ਪੈਕਿੰਗ ਦੇਖੋ ਕਿੰਨੀ ਜ਼ਿਆਦਾ ਘੈਂਟਾ ਉੱਪਰ ਛੋਟੀ ਜੋ ਮੱਖੀ ਲਾਈ ਹੋਈ ਆ ਮੈਨੂੰ ਬੜੀ ਘੈਂਟ ਲੱਗੀ ਉਹ ਤੇ ਹੁਣ ਆ ਸਾਰੇ ਆਪਾਂ ਸਾਰੇ ਪੈਕਿੰਗ ਦੇ ਵਿੱਚੋਂ ਕੱਢ ਲੇ ਬਾਹਰ ਇਹ ਸਾਰੇ ਬੂਟੇ ਅੱਜ ਆਪਾਂ ਗਮਲਿਆਂ ਦੇ ਵਿੱਚ ਲਾਉਣੇ ਆ ਹੁਣ ਸਭ ਤੋਂ ਪਹਿਲਾਂ ਮੈਂ ਗਮਲੇ ਚੱਕੜੇ ਨੇ ਜਿਵੇਂ ਹੁਣ ਆ ਛੋਟਾ ਜਿਹਾ ਗਮ ਤੇ ਬਾਈ ਮੈਨੂੰ ਆਹਾ ਮਿਲ ਗਈ ਛੋਟੀ ਇੱਕ ਖੁਰਪੀ ਤੇ ਉਹਦਾ ਮੈਨੂੰ ਵਧੀਆ ਚਾਹੀਦੀ ਸੀ ਚਲੋ ਇਹਦੇ ਨਾਲ ਕੰਮ ਆਪਣਾ ਸਰ ਜਾਊਗਾ ਤੇ ਹੁਣ ਸਭ ਤੋਂ ਪਹਿਲਾਂ ਆਹਾ ਇਹ ਬੂਟਾ ਛੋਟਾ ਜਿਹਾ ਇਹਦੇ ਵਿੱਚ ਲਾਉਣੇ ਆ ਤੇ ਮੈਨੂੰ ਬਾਈ ਆ ਬੜਾ ਘੈਂਟ ਲੱਗ ਰਿਹਾ ਬੜਾ ਸੋਹਣਾ ਲੱਗ ਰਿਹਾ ਇਹ ਤੇ ਹੁਣ ਆਪਾਂ ਹੌਲੀ ਹੌਲੀ ਬਾਈ ਖੁਰਪੀ ਨਾਲ ਇਹ ਚੋ ਮਿੱਟੀ ਕੱਢ ਲਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਅੰਦਰਲੀ ਸਾਈਡ ਪੈ ਜਾਵੇ ਤੇ ਹੁਣ ਇਹਨੂੰ ਆਪਾਂ ਅੰਦਰ ਲਈ ਸੈਟ ਰੱਖ ਕੇ ਇਹਦੇ ਉੱਤੇ ਜਿਹੜੀ ਰਹਿੰਦੀ ਆ ਮਾੜੀ ਮੁੱਟੀ ਮਿੱਟੀ ਸਾਡਾਂ ਤੇ ਪਾ ਦਿੰਨੇ ਆਗੇ ਤੇ ਇਹਨੂੰ ਕਰ ਦਿੰਨੇ ਆਪਾਂ ਕੰਪਲੀਟ ਇਹ ਹੋ ਚੁੱਕੇ ਆਪਣਾ ਕੰਪਲੀਟ ਤੇ ਇਹ ਤੋਂ ਬਾਅਦ ਚ ਹੁਣ ਅਗਲੀ ਵਾਰੀ ਆ ਗਈ ਬਾਕੀ ਜਾਂਦੀ ਤੇ ਬਈ ਸਾਰਾ ਕੰਮ ਕੰਪਲੀਟ ਕਰਕੇ ਮੈਂ ਆ ਗਿਆ ਉੱਪਰ ਤੇ ਮੇਰਾ ਅੱਜ ਹੁਣ ਦੁਖਣ ਲੱਗ ਗਿਆ ਸਿਰ ਕਿਉਂਕਿ ਥੱਲੇ ਸੀ ਥੋੜੀ ਜੀ ਧੁੱਪ ਤੇ ਬਈ ਮੈਂ ਪਾਣੀ ਵੀ ਘੱਟ ਪੀਤਾ ਤੇ ਹੁਣ ਬਈ ਆਪਾਂ ਕਰਦੇ ਆ ਰੈਸਟ ਮੇਰਾ ਰੈਸਟ ਦਾ ਟਾਈਮ ਆ ਇਹ ਸੋ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ